ਸਤਿ ਸ਼੍ਰੀ ਅਕਾਲ। ਅਸੀਂ ਪਾਕਿਸਤਾਨ ਤੋਂ ਹਾਂ ਅਤੇ ਬਸ ਸਿੱਧੂ ਮੂਸੇਵਾਲਾ ਦਾ ਬਹੁਤ ਦੁੱਖ ਹੈ, ਬਹੁਤ ਜ਼ਿਆਦਾ। ਅਸੀਂ ਤੁਹਾਡੇ ਦੁੱਖ ਵਿੱਚ, ਤੁਹਾਡੇ ਨਾਲ ਸਾਂਝੇ ਹਾਂ ਇਸ ਦੁੱਖ ਵਿੱਚ। ਇਹ ਹਾਲੀ ਉੱਧਰਲੇ ਪੰਜਾਬ ਦਾ ਨਹੀਂ, ਇੱਧਰਲੇ ਪੰਜਾਬ ਦਾ ਵੀ ਪੁੱਛ ਸੀ। ਅਤੇ ਇਹ ਇੱਕ ਸਾਡੀਆਂ ਆਉਣ ਵਾਲੀਆਂ ਨਸਲਾਂ 'ਚ ਅਸੀਂ ਉਹਨੂੰ ਜਿੰਦਾ ਰੱਖਾਂਗੇ। ਅਸੀਂ ਇੱਕ ਮਾਂ ਪਿਤਾ ਵਾਂਗੂ ਇਹ ਕਰ ਸਕਦੇ ਹਾਂ ਅਤੇ ਤੁਹਾਡੇ ਨਾਲ ਜਸਟਿਸ ਵਿੱਚ ਤੁਹਾਡੇ ਨਾਲ ਖੜ੍ਹੇ ਹਾਂ। ਅਤੇ ਮੇਰੀ ਬੇਟੀ ਨੇ ਇੱਕ ਤੁਹਾਡੇ ਵਾਸਤੇ ਇੱਕ ਲੈਟਰ ਵੀ ਲਿਖਿਆ ਸੀ। ਆਈ ਹੋਪ ਮੈਂ ਏਸ਼ੀਆ ਹੋਰ ਪੜ੍ਹਿਓ ਜ਼ਰੂਰ, ਕਿਉਂਕਿ ਸਾਡੇ ਘਰ 'ਚ ਸੁਬਹਾ ਹੁੰਦੀ ਹੈ ਅਤੇ ਸਿੱਧੂ ਦੇ ਗਾਣੇ ਨਾਲ, ਸ਼ਾਮ ਹੁੰਦੀ ਹੈ ਅਤੇ ਉਹਦੇ ਗਾਣੇ ਨਾਲ। ਅਤੇ ਅਸੀਂ ਬਹੁਤ ਜ਼ਿਆਦਾ ਕਿ ਉਹਦੇ ਗਾਣੇ ਇੰਜਦੇ ਨੇ ਕਿ ਹਿੰਮਤ ਦਿੰਦੇ ਨੇ ਇਨਸਾਨ ਨੂੰ। ਉਹ ਤੁਹਾਨੂੰ ਟਾਈਮ ਨਹੀਂ ਦਿੰਦੇ, ਉਹ ਤੁਹਾਨੂੰ ਹਿੰਮਤ ਦਿੰਦੇ ਨੇ ਕਿ ਤੁਸੀਂ ਪੜ੍ਹ ਸਕਦੇ ਹੋ ਅੱਗੇ। ਅਤੇ ਇਹ ਚੀਜ਼ ਬੱਚਿਆਂ ਵਿੱਚ ਵੀ ਕਿ ਉਹ ਇੱਥੇ ਰਹਿ ਕੇ ਅਸੀਂ ਉਹਨੂੰ ਆਪਣੇ ਬੱਚਿਆਂ ਵਾਸਤੇ ਇੱਕ ਰੋਲ ਮਾਡਲ ਦੇ ਤੌਰ 'ਤੇ ਦਿਖਾ ਸਕਦੇ ਹਾਂ ਕਿ ਦੇਖੋ ਇਹ ਪੇਰੈਂਟ ਦੀ ਕਿਸ ਤਰ੍ਹਾਂ ਇੱਜ਼ਤ ਕਰਦਾ ਸੀ, ਕਿਸ ਤਰ੍ਹਾਂ ਇਸਨੇ ਆਪਣੇ ਪੰਜਾਬ ਨੂੰ, ਆਪਣੀ ਬੋਲੀ ਨੂੰ, ਆਪਣੇ ਸਾਡਾ ਮਜ਼ਹਬ ਉਹ ਨਹੀਂ ਜੋ ਤੁਹਾਡਾ, ਪਰ ਕਲਚਰ ਅਲੱਗ ਹੋਣਾ, ਮਜ਼ਹਬ ਅਲੱਗ ਹੋਣਾ ਇੱਕੋ ਅਲੱਗ ਚੀਜ਼ ਹੈ, ਪਰ ਇਨਸਾਨੀਅਤ ਦੇ ਨਾਤੇ ਇੱਕ ਉਸੇ ਧਰਤੀ ਤੋਂ